ਕਿਸਾਨਾਂ ਦਾ 21 ਤਰੀਕ ਦਾ ਦਿੱਲੀ ਕੂਚ ਤੇ ਸ਼ੰਭੂ ਬਾਰਡਰ ਤੇ ਤਿਆਰੀਆਂ ਨਜ਼ਰ ਆਉਣ ਲੱਗੀਆਂ ਨੇ। ਪਹਿਲਾਂ ਦੇਖਿਆ ਕਿ 13 ਤਰੀਕ ਨੂੰ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ, ਪਰ ਹੁਣ 21 ਤਰੀਕ ਨੂੰ 21 ਫਰਵਰੀ ਨੂੰ ਦਿੱਲੀ ਜਾਣ ਦਾ ਇਹ ਐਲਾਨ ਤੋਂ ਬਾਅਦ ਕਿਸਾਨਾਂ ਦੀ ਕੀ ਤਿਆਰੀ ਆ? ਇੱਕ ਬੜੀ ਮਹੱਤਵਪੂਰਨ ਤਸਵੀਰ ਤੁਹਾਨੂੰ ਦਿਖਾ ਦਿੰਦੇ ਹਾਂ, ਪਿੱਛੇ ਨਜ਼ਰ ਮਾਰ ਲਓ। ਪਿੱਛੇ ਇੱਕ ਤੁਹਾਨੂੰ ਵੱਡੀ ਲੰਬੀ ਚੌੜੀ ਮਸ਼ੀਨ ਨਜ਼ਰ ਆਏਗੀ, ਇਹਨੂੰ ਕਹਿੰਦੇ ਆ ਪੋਕ ਲੈਣ। ਤਾਂ ਬੇਹੱਦ ਤਾਕਤਵਰ, ਬੇਹੱਦ ਸ਼ਕਤੀਸ਼ਾਲੀ ਮਸ਼ੀਨ ਹੈ। ਤਾਂ ਕਿਸਾਨ ਕਹਿੰਦੇ ਨੇ ਕਿ ਭਾਈ ਇਹ ਮਸ਼ੀਨ ਬੈਰੀਕੇਡ ਤੋੜੂ, ਜੇ ਸਰਕਾਰ ਨੇ ਪ੍ਰਬੰਧ ਕੀਤੇ ਨੇ ਤਾਂ ਅਸੀਂ ਵੀ ਘੱਟ ਨਹੀਂ, ਬੰਦੇ ਜਿੱਡਾ ਤਾਂ ਇਹਦਾ ਪੰਜਾ ਹੀ ਹੈ। ਅੱਗੇ ਨਜ਼ਰ ਮਾਰ ਲਓ, ਦੂਰ ਤੱਕ ਤੁਹਾਡੀ ਨਜ਼ਰ ਜਾਏਗੀ। ਔਰ ਪਿੱਛੇ ਜਿਹੜਾ ਕੈਬਿਨ ਹੈ ਇਹਨੂੰ ਵੀ ਬੇਹੱਦ ਸੁਰੱਖਿਅਤ ਕੀਤਾ ਗਿਆ, ਤਾਂ ਕਿ ਅਗਰ ਇਸ 'ਤੇ ਕਿਸੇ ਕਿਸਮ ਦਾ ਅਟੈਕ ਹੁੰਦਾ, ਹਮਲਾ ਹੁੰਦਾ, ਤਾਂ ਜਿਹੜਾ ਇਸਦਾ ਡਰਾਈਵਰ ਹੋਵੇਗਾ, ਓਪਰੇਟਰ ਹੋਵੇਗਾ, ਉਹਨੂੰ ਵੀ ਸੁਰੱਖਿਅਤ ਰੱਖਿਆ ਜਾ ਸਕੇ। ਤਾਂ ਇਹ ਤਸਵੀਰ ਹੈ, ਤੁਹਾਨੂੰ ਇੱਕ ਵਾਰ ਇਹਦੀ ਪੂਰੀ ਤਸਵੀਰ ਦਿਖਾ ਦਿੰਦੇ ਹਾਂ। ਚਾਰੇ ਪਾਸਿਓਂ ਬੇਹੱਦ ਤਾਕਤਵਰ, ਬੇਹੱਦ ਸ਼ਕਤੀਸ਼ਾਲੀ ਮਸ਼ੀਨ ਇਸ ਨੂੰ ਮੰਨਿਆ ਜਾਂਦਾ। ਤਾਂ ਤਸਵੀਰ ਦੇਖੋ, ਟੈਂਕ ਵਰਗੀਆਂ ਚੈਨਾਂ ਨੇ ਥੱਲੇ, ਤਾਂ ਕਿ ਹਾਲਾਤ ਕੋਈ ਵੀ ਹੋਣ, ਤਸਵੀਰ ਕੋਈ ਵੀ ਹੋਵੇ, ਸਥਿਤੀ ਕੋਈ ਵੀ ਹੋਵੇ, ਇਹ ਰੁਕੇ ਨਾ ਤੇ ਚੱਲਦੀ ਜਾਵੇ, ਤਾਂ ਕਿ ਬੈਰੀਕੇਡ ਜਿਹੜੇ ਆ ਉਹ ਤੋੜੇ ਜਾ ਸਕਣ। ਫਿਲਹਾਲ ਇਹ ਤਸਵੀਰ ਤੁਹਾਡੇ ਸਾਹਮਣੇ, ਇਹ ਦੂਰ ਤੱਕ ਤੁਹਾਡੀ ਨਜ਼ਰ ਮਾਰ ਲਓ ਕਿ ਕਿੰਨੀ ਕੁ ਲੰਬੀ ਮਸ਼ੀਨ ਹੈ, ਕਿੰਨੀ ਕੁ ਵੱਡੀ ਮਸ਼ੀਨ ਹੈ। ਇਹ ਮਸ਼ੀਨ ਆਈ ਕਿੱਥੋਂ ਆ, ਇਹਨੂੰ ਲੈ ਕੇ ਕੌਣ ਆਇਆ, ਤੇ ਇਸ ਮਸ਼ੀਨ ਨਾਲ ਕਿਵੇਂ ਬੈਰੀਕੇਡ ਆ ਜਿਹੜੇ ਉਹ ਤੋੜੇ ਜਾਣੇ ਨੇ, ਆਖਿਰ ਪ੍ਰਬੰਧ ਜਿਹੜੇ ਨੇ ਉਹ ਕੀਤੇ ਕਿਵੇਂ ਗਏ ਨੇ। ਵੀਰ ਹੋਣੀ ਇੱਥੇ ਮੌਜੂਦ ਨੇ, ਕਹਿੰਦੇ ਪਵਾਦੀ ਹੈ, ਇਹ ਪਵਾਦ ਵਾਲੇ ਨੇ, ਇਹ ਪਵਾਦ ਵਾਲੇ ਵੀਰ ਹੋਣੀ ਇਹ ਮਸ਼ੀਨ ਲੈ ਕੇ ਆਏ ਆ। ਬਾਈ ਜੀ ਬੈਰੀਕੇਡ ਬਹੁਤ ਮਜ਼ਬੂਤ ਦੇਖੇ ਗਏ, ਪਰ ਤੁਹਾਡੀ ਮਸ਼ੀਨ ਵੀ ਬਹੁਤ ਤਾਕੜ ਲੱਗੀ ਜਾਂਦੀ ਆ, ਇਸ ਮਸ਼ੀਨ ਨੂੰ ਲਿਆਉਣ ਦੀ ਮਨਸ਼ਾ ਕੀ ਹੈ, ਤੇ ਜੇ ਬੈਰੀਕੇਡ ਤੁਸੀਂ ਕਹਿੰਦੇ ਤੋੜਨੇ ਆ, ਇਹਦੇ ਨਾਲ ਟੁੱਟਣੇ ਕਿਵੇਂ ਆ? ਆ ਜੀ, ਜੇ ਤਾਂ ਸਰਕਾਰ ਮੰਨ ਜਾਂਦੀ ਹੈ ਜੀ, ਫਿਰ ਤਾਂ ਨਹੀਂ ਬੈਰੀਕੇਡ ਕੋਈ ਟੁੱਟਣਾ ਜੀ, ਨਹੀਂ ਬੈਰੀਕੇਡ ਸਾਰੇ ਤੋੜ ਕੇ ਅੱਗੇ ਦਿੱਲੀ ਜਾਵਾਂਗੇ ਜੀ। ਤੁਹਾਨੂੰ ਲੱਗਦਾ ਹੈ ਕਿ ਇਹ ਮਸ਼ੀਨ ਤੋੜ ਦੇਗੀ, ਔਰ ਕਿੱਥੋਂ ਲੈ ਕੇ ਆਏ ਆ, ਔਰ ਕੀ ਇਹਨੂੰ ਲੈ ਕੇ ਰਣਨੀਤੀ ਤਿਆਰ ਹੋ ਗਈ? ਮੈਂ ਦੇਖ ਰਿਹਾ ਕਿ ਪਿਛਲੀ ਵਾਰ ਵੀ ਅਸੀਂ ਦੇਖਿਆ ਕਿ ਜੇ ਉਧਰੋਂ ਕਿਸੇ ਕਿਸਮ ਦਾ ਅਟੈਕ ਹੁੰਦਾ ਜਾਂ ਝੜਪ ਹੁੰਦੀ ਆ ਤਾਂ ਉਹਦੇ ਵਿੱਚ ਨੁਕਸਾਨ ਦਾ ਵੀ ਖਤਰਾ? ਇਹਦੇ ਵਿੱਚ ਕੋਈ ਨੁਕਸਾਨ ਨਹੀਂ ਜੀ, ਪੂਰੀ ਹੈਵੀ ਚਾਦਰ ਲਾਈ ਹੋਈ ਹੈ ਜੀ। ਆਪਾਂ ਪਹੁੰਚੇ ਹਾਂ ਜੀ 5 ਗ੍ਰਾਮੀ ਤੋਂ ਜੀ, ਡੇਰਾ ਵਸੀ ਦੇ ਨੇੜੇ ਜੀ। ਹਾਂਜੀ। ਅੱਛਾ, ਇਹਨੂੰ ਕਿਵੇਂ ਸੁਰੱਖਿਅਤ, ਜਿਹੜਾ ਬੰਦੇ ਨੂੰ ਚਲਾਏਗਾ ਉਹਨੂੰ ਕਿਵੇਂ ਸੁਰੱਖਿਅਤ ਰੱਖੋਗੇ ਤੁਸੀਂ, ਔਰ ਬਾਕੀ ਬੰਦਿਆਂ ਦੀ ਟੀਮ ਇਹਨੂੰ ਕਿਵੇਂ ਜਿਹੜਾ ਹੈਗਾ ਤਾਂ ਕਿ ਉਹਨੂੰ ਵੀ ਸੁਰੱਖਿਅਤ ਰੱਖਿਆ ਜਾਵੇ? ਤੇ ਬੈਰੀਕੇਡ ਤੋੜਨ ਦਾ ਬਾਈ ਜੀ ਉਹ ਪੂਰੀ ਜ਼ਿੰਮੇਵਾਰੀ ਫਿਰ ਕਿਹਨੇ ਚੱਕਣੀ ਹੈ, ਇਹਨੂੰ ਆਪਰੇਟ ਕਿਵੇਂ ਕਰਨਾ? ਚੱਕ ਚੱਕੇਗਾ ਜੀ ਉੱਪਰ ਬਾਬਾ ਗੁਰਗੋਬਿੰਦ ਸਿੰਘ ਜੀ ਵਾਲਾ, ਬਾਬੇ ਨੇ ਕਰਨਾ ਆਪੇ ਕਾਰਜ, ਉਹਨਾਂ ਨੇ ਕਰਾਉਣਾ ਜੀ, ਆਪਾਂ ਤਾਂ ਉਹਨਾਂ ਦੇ ਸਹਿਯੋਗ ਨਾਲ ਆਏ ਹਾਂ, ਬਸ ਕੋਈ ਚੱਕਰ ਹੀ ਨਹੀਂ ਹੈ ਜੀ। ਆਈਡੀਆ ਕਿਵੇਂ ਆਇਆ ਦਿਮਾਗ ਦੇ ਵਿੱਚ? ਕਿਆ ਜਿਵੇਂ ਵੇਖਿਆ ਮੈਂ ਚਾਦਰਾਂ ਚੂਦਰਾਂ ਲਾਈਆਂ, ਕੈਬਨ ਬੜਾ ਮਜ਼ਬੂਤ ਬਣਾਇਆ। ਆਈਡੀਆ ਗੋਲੇ ਜੇਰਦੇ ਸੀ ਨਾ, ਅਥਰੂ ਗਏ ਸੀ ਗੋਲੇ, ਪਲਾਸਟਿਕ ਦੇ ਬੰਬ, ਉਹਨਾਂ ਦੇ ਬਚਣੇ ਤੇ ਲਾਏ ਆ ਜੀ। ਫਿਰ ਇਹ ਜਿਹੜੀ ਚੈਨ ਹੈ ਇਹ ਆਪਣਾ ਜਿਹੜੀ ਲਾਏ ਹੋਏ ਟਾਇਰ ਦੀ ਗੋਲੀ ਗੋਲੀ ਨਾ, ਟਾਇਰ ਚ ਗੋਲੀ ਮਾਰੀਓ, ਮਸ਼ੀਨ ਤੁਰੀਓ ਨੀ ਗਾਹਾਂ, ਫਿਰ ਹੁਣ ਇਹਦੇ ਦਾ ਨਾ ਟਾਇਰ ਹੈਗਾ ਨਾ ਕੁਛ ਹੈਗਾ। ਹੁਣ ਫਿਰ ਚੈਨਾਂ ਵਾਲੀ ਟੈਂਕਰ ਕੀ ਲਿਆਏ, ਹੋਰ ਕੀ ਕਰੀਏ ਫਿਰ, ਹੋਰ ਇਲਾਜ ਤਾਂ ਉਹਨਾਂ ਨਾਲ ਵੱਧ ਆਪਾਂ ਨੇ ਕਰਨਾ ਹੀ ਪੈਣਾ ਨਾ। ਪਹਿਲ ਉਹਨਾਂ ਦੀ ਹੈ, ਆਪਣੀ ਪਹਿਲ ਨਹੀਂ ਹੈਗੀ ਹੈ, ਜਿਵੇਂ ਆਪਾਂ ਨੂੰ ਹੁਕਮ ਹੋਣਗੇ ਜਥੇਬੰਦੀਆਂ ਦੇ ਉਦਾਂ ਆਪਾਂ ਜਦੋਂ ਆ ਕੇ ਤੁਸੀਂ ਵਿਖਾਈ ਮਸ਼ੀਨ ਉਹਨਾਂ ਨੂੰ ਸਿਰ ਸੁਰ ਜਾ ਚੱਕ ਕੇ ਸਾਰੇ ਖੜੇ ਹੋ ਗਏ ਜੀ, ਸਾਰੇ ਖੜੇ ਹੋ ਗਏ ਜੀ, ਚਕੰਨੇ ਹੋ ਗਏ, ਸਾਰੀ ਤਰਪਾਲਾਂ ਖੋਲਦੀਆਂ ਜੀ ਉੱਤੋਂ।
ਅਸੀਂ ਤਾਂ ਹਾਲੇ ਦਿਖਾਈ ਹੋਈ ਜੀ ਇਹਨਾਂ ਨੂੰ, ਕਰਿਆ ਤਾਂ ਕੁਛ ਨਹੀਂ ਜੀ, ਦਿਖਾਣੇ ਦਿਖਾਣੇ ਮੈਂ ਸਾਰੇ ਚਕੰਨੇ ਹੋ ਗਏ ਜੀ। ਅੱਛਾ, ਇਹਨੂੰ ਜੇ ਚਲਾਉਣਾ ਪਿਆ ਤਾਂ ਚਲਾਉਣ ਦੇ ਹਾਲਾਤ ਕਦੋਂ ਪੈਦਾ ਹੋਣੇ ਆ? ਕੀ ਜਦੋਂ ਕਿਸਾਨ ਆਗੂਆਂ ਦਾ ਆਦੇਸ਼ ਆਉਂਦਾ ਹੈ ਜਾਂ ਫਾਈਨਲ ਨੀਤੀ ਬਣਦੀ? ਜਦੋਂ ਕਿਸਾਨ ਆਗੂਆਂ ਦਾ ਆਦੇਸ਼ ਹੋਏਗਾ ਜੀ, ਉਹ ਤੋਂ ਬਿਨਾਂ ਕੁਛ ਨਹੀਂ ਕਰਦੇ ਜੀ। ਜਦ ਕਾਲ ਆਏਗੀ ਜੀ, ਮਤਲਬ ਚੱਲੇਗੀ ਇਹ, ਬੈਲਟ ਹੈਗਾ ਸਾਰਾ ਕੁਛ ਹੈਗਾ ਚਲਾਉਣੇ ਵਾਲਾ, ਬੈਰੀਕੇਡ ਤੁਹਾਡਾ ਕਹਿੰਦਾ ਪਾਵਾਂਗੇ, ਟੁੱਟਣਗੇ ਟੁੱਟਣਗੇ ਜੀ ਟੁੱਟਣਗੇ, ਪਹਿਲਾਂ ਵੀ ਟੁੱਟੇ ਹੋਣੇ, ਇਹ ਤਾਂ 5 ਮਿੰਟਾਂ ਦਾ ਕੰਮ ਹੈ ਤੋੜਨ ਵਾਲਾ, ਅੱਧੇ ਘੰਟੇ ਦੇ ਬੈਰੀਕੇਡ ਟੱਪ ਜਾਣਗੇ ਜੀ। ਉਹਨਾਂ ਦੀ ਤਿਆਰੀ ਤਿੱਗਣੀ ਚੁੱਕਣੀ, ਆਪਣੀ ਵੀ ਡਬਲ ਕਰਕੇ ਚੱਲਣੀ ਪੈਂਦੀ ਹੈ ਨਾ, ਇਹਦੇ ਲਈ ਡਰਾਈਵਰ ਸੇਫ ਰਹੂਗਾ ਨਾਲੇ, ਡਰਾਈਵਰ ਨੂੰ ਸੌਖਾ ਹੋ ਜਾਊਗਾ ਕੰਮ ਕਰਨਾ ਬੈਰੀਕੇਡ ਤੋੜਨ ਵਾਸਤੇ। ਤਾਂ ਕਹਿੰਦੇ ਜੀ ਇਹ ਤਸਵੀਰ ਹੈ, ਅੱਧੇ ਘੰਟੇ ਚ ਕਹਿੰਦੇ ਅਸੀਂ ਤੋੜ ਦੇਣਾ, ਅੱਧੇ ਘੰਟੇ ਚ ਕਹਿੰਦੇ ਕਿ ਬੈਰੀਕੇਡ ਤੋੜ ਦਿਆਂਗੇ ਜੇ ਲੋੜ ਪਈ, ਹਾਲਾਂਕਿ ਕਹਿੰਦੇ ਨੇ ਕਿ ਗੱਲਬਾਤ ਰਾਹੀਂ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕਹਿੰਦੇ ਹਾਲੇ ਵੀ ਚੱਲ ਰਹੀ ਹੈ। ਪਰ ਆਹ ਤਸਵੀਰ ਦੇਖੋ ਕਿ ਕਿਵੇਂ ਮਜ਼ਬੂਤ ਚਾਦਰ ਜਿਹੜੀ ਇਸ 'ਤੇ ਲੱਗੀ ਹੋਈ ਹੈ, ਕਿਵੇਂ ਮਜ਼ਬੂਤੀ ਦੇ ਨਾਲ ਇਸ ਨੂੰ ਬਣਾਇਆ ਗਿਆ ਤਾਂ ਕਿ ਆਹ ਦੇਖੋ ਇਹ ਸਪੈਸ਼ਲ ਮੋਟੀ ਚਾਦਰ ਹੈ। ਆਹ ਇੱਥੋਂ ਉਸ ਡਰਾਈਵਰ ਥੋੜ੍ਹਾ ਬਹੁਤਾ ਬਾਹਰ ਵੀ ਧਿਆਨ ਰਵੇ, ਇਹ ਵੀ ਬੜਾ ਮਜ਼ਬੂਤ ਥਾਂ ਬਣਾਇਆ ਗਿਆ, ਤਾਂ ਪੂਰੀ ਦੀ ਪੂਰੀ ਮਜ਼ਬੂਤ ਚਾਦਰ ਦੇ ਨਾਲ ਇਸ ਨੂੰ ਤਿਆਰ ਕੀਤਾ ਗਿਆ ਤਾਂ ਕਿ ਜਿਹੜਾ ਬੰਦਾ ਇਸ ਦੇ ਵਿੱਚ ਹੋਵੇ ਉਹ ਵੀ ਸੁਰੱਖਿਅਤ ਰਹੇ। ਤਾਂ ਕੱਲ੍ਹ ਕੀ ਹਾਲਾਤ ਰਹਿਣਗੇ, ਕਿਵੇਂ ਬੈਰੀਕੇਡ ਟੁੱਟਣਗੇ, ਸਮਾਂ ਦੱਸੇਗਾ। ਪਰ ਇਹੀ ਆਸ ਕਰਦੇ ਹਾਂ ਅਤੇ ਅਰਦਾਸ ਵੀ ਕਰਦੇ ਹਾਂ ਕਿ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਹੋਵੇ, ਗੱਲਬਾਤ ਦੇ ਰਾਹੀਂ ਮਸਲਾ ਹੱਲ ਹੋ ਜਾਵੇ। ਕੈਮਰਾਮੈਨ ਸਨਮਪ੍ਰੀਤ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਸ਼ੰਭੂ ਬੈਰੀਆ।